ਲੋਕ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਪਠਾਨਕੋਟ ਵਿਚ ਸਿਆਸੀ ਆਗੂਆਂ ਦੀ ਸਰਗਰਮੀ ਤੇਜ਼ ਹੋ ਗਈ ਹੈ ਤੇ ਇਸ ਦਾ ਉਦਾਹਰਣ ਵੇਖਣ ਨੂੰ ਮਿਲਿਆ ਜਦੋਂ ਬੀਤੇ ਦਿਨੀ ਪਠਾਨਕੋਟ ਤੋਂ ਡਲਹੌਜ਼ੀ ਤੱਕ ਐਲੀਵੇਟਡ ਰੇਲ ਟਰੈਕ ਦੇ ਪ੍ਰੋਜੈਕਟ ਦਾ ਕ੍ਰੈਡਿਟ ਲੈਣ ਦੀ ਹਰ ਪਾਰਟੀ ਦੇ ਆਗੂ ਵਿਚ ਹੋੜ ਵੇਖਣ ਨੂੰ ਮਿਲੀ। ਕਾਂਗਰਸ ਵਿਧਾਇਕ ਅਮਿਤ ਵਿਜ ਨੇ ਇਸ ਪ੍ਰੋਜੈਕਟ ਲਈ ਸੁਨੀਲ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਪ੍ਰੋਜੈਕਟ ਉਨ੍ਹਾਂ ਦੀ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ, ਬਾਕੀਆਂ ਬਾਰੇ ਉਹ ਨਹੀਂ ਜਾਣਦੇ। ਜਦ ਇੱਕ ਜ਼ਿਲ੍ਹਾ ਜੁਮਾ ਉਹਨੇ ਆਪਣੇ ਸ਼ਹਿਰ ਵਾਸਤੇ ਉਹ ਸ਼ਹਿਰ ਦਾ ਬਣਿਆ, ਸ਼ਹਿਰ ਦਾ ਨੁਮਾਇੰਦਾ, ਉਹਦਾ ਫਰਜ਼ ਬਣਦਾ। ਜਿੰਨਾ ਕੰਮ ਸਪੀਡ ਨਾਲ ਇੱਥੇ ਲਿਆਇਆ ਗਿਆ, ਇਹ ਸਾਰੇ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਕਿ ਪੈਪਸੀ ਦਾ ਗੌਰਮੈਂਟ ਕਾਲਜ ਹੈ, ਨਲੂੰਗਾ ਪੁੱਲ ਹੈ, ਇਹ ਤੁਹਾਡਾ ਤਲਵਾੜਾ ਜੱਟਾਂ ਸਿਮਲੀ ਜੀ ਦਾ ਉਦਘਾਟਨ ਵੀ ਹੋ ਚੁੱਕਿਆ ਹੈ, ਇਹ ਤੁਹਾਡਾ ਆਪਣਾ ਸਟੇਡੀਅਮ, ਇਹ ਸਾਰੀਆਂ ਜਿਹੜੀਆਂ ਇੱਕ ਇਹਨਾਂ 'ਤੇ ਬਖਲਾਟ ਹੈ। ਘੜੀ ਮੁੜੀ ਹੁਣ ਆ ਰਿਹਾ, ਅੱਜ ਸਲਾਹੀਆ ਮੀਟਿੰਗ ਕਰ ਰਿਹਾ, ਕੱਲ੍ਹ ਮੇਅਰ ਨੇ ਕੀਤੀ ਸੀ, ਮੇਅਰ ਦੇ ਇੱਥੋਂ ਨਿਕਲੀ ਹੈ ਅਤੇ ਸਲਾਹੀਆ ਆ ਗਿਆ, ਸਲਾਹੀਆ ਦੇ ਬਾਅਦ ਹੁਣ ਕਵਿਤਾਖਾਨਾ ਆ ਰਹੀ ਹੈ 3 ਵਜੇ। ਉਹ ਮੈਂ ਤਾਂ ਬੜਾ ਹੈਰਾਨ ਹਾਂ ਕਿ ਇੱਕ ਚਿੱਠੀ ਦੀਆਂ ਕਿੰਨੀ ਕਿੰਨੀ ਕਾਪੀਆਂ ਕਰਾ ਲਈਆਂ ਇਹਨਾਂ ਨੇ, ਜਿਹੜੀ ਸੱਚਾਈ ਹੈ ਉਹ ਲੋਕਾਂ ਨੂੰ ਪਤਾ। ਉਧਰ ਗੁਰਦਾਸਪੁਰ ਤੋਂ ਬੀਜੇਪੀ ਦੇ ਸਾਂਸਦ ਰਹੇ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਲੋਕਾਂ ਨੂੰ ਹੁਣ ਇੱਕ ਵੱਡੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸੇ ਦੌਰਾਨ ਕਵਿਤਾ ਖੰਨਾ ਨੇ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ ਵੀ ਜ਼ਾਹਰ ਕੀਤੀ। ਪਠਾਨਕੋਟ ਕੇ ਲੋਕੋਂ ਕੋ ਖੁਸ਼ਖਬਰੀ ਦੇਣੀ ਕਿ ਵਿਨੋਦ ਜੀ ਕੇ ਪ੍ਰਯਾਸ ਸੇ ਔਰ ਹਮਾਰੇ ਫਾਲੋ ਅਪ ਸੇ ਬਹੁਤ ਲੋਕੋਂ ਕਾ ਇਸ ਮੇ ਸਹਿਯੋਗ ਰਹਾ ਹੈ। ਐਲੀਵੇਟਡ ਟਰੈਕ ਪਠਾਨਕੋਟ ਕੇ ਲੀਏ ਪਾਸ ਹੋ ਗਿਆ ਹੈ। ਪਹਿਲੇ ਜਬ ਵਿਨੋਦ ਜੀ ਥੇ ਤਬ ਉਸਕਾ ਐਸਟੀਮੇਟ ਨਿਕਾਲਾ ਗਿਆ ਥਾ, ਵੋ 106 ਕਰੋੜ ਕਾ ਥਾ। ਜਬ ਹਮਨੇ ਫਾਲੋ ਅਪ ਕੀਆ ਔਰ ਕਾਫੀ ਮੀਟਿੰਗਸ ਹੋਈ ਰੇਲਵੇ ਮਿਨਿਸਟਰੀ ਮੇ ਔਰ DRM ਫਿਰੋਜ਼ਪੁਰ ਵਿਵੇਕ ਕੁਮਾਰ ਜੀ ਵੀ ਆਏ ਥੇ, ਤੋ ਇਸਕਾ ਸਾਰਾ ਸਰਵੇ ਔਰ ਸਭ ਕੁਛ ਕਰਕੇ ਯੇ ਅਭੀ ਪ੍ਰੋਜੈਕਟ ਅਪਰੂਵਲ ਲੈਟਰ ਆ ਗਿਆ ਹੈ ਔਰ ਇਸਕਾ ਬਜਟ ਵੀ ਬੜ ਗਿਆ ਹੈ 106 ਕਰੋੜ ਸੇ 226 ਕਰੋੜ ਤੱਕ। ਹੁਣ ਇਹਦਾ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਵਿਤਾ ਖੰਨਾ ਦੀ ਚੋਣ ਲੜਨ ਦੀ ਇੱਛਾ ਪੂਰੀ ਹੁੰਦੀ ਹੈ ਜਾਂ ਨਹੀਂ। ਪਠਾਨਕੋਟ ਤੋਂ ਲਵਪ੍ਰੀਤ ਸਿੰਘ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ, ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।